ਆ ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ। ਪ੍ਰੋਗਰਾਮ ਮੁੱਦਾ ਲੈ ਕੇ ਕਰੀਏ ਤੁਹਾਡੇ ਨਾਲ ਵਿਚਾਰਾਂ। ਹੈਲੋ, ਸਰ, ਸਤਿ ਸ਼੍ਰੀ ਅਕਾਲ। ਮੈਂ ਮਲਕੀ ਸਿੰਘ ਬੋਲਦਾ। ਹਾਂਜੀ ਹਾਂਜੀ ਹੇਅਰ ਸਾਹਿਬ, ਸਤਿ ਸ਼੍ਰੀ ਅਕਾਲ। ਮੈਨੂੰ ਕੁਛ ਇਸ ਤਰ੍ਹਾਂ ਸਮਝ ਆਉਂਦੀ ਹੈ, ਦੇਖੋ ਬੜੇ ਸਿਆਣੇ ਨੇ, ਉਹਨਾਂ ਨੂੰ ਸਮਝਣਾ ਚਾਹੀਦਾ। ਆਈ ਡੋਂਟ ਥਿੰਕ ਮੇਰਾ ਸਿੰਬਲਿਜ਼ਮ ਹੈ ਜਿਹੜਾ ਉਹ ਤੁਹਾਡੀ ਕੁਆਲੀਫਿਕੇਸ਼ਨ ਹੁੰਦੀ ਹੈ। ਸਪਿਰਚੁਅਲਿਟੀ ਤਾਂ ਪ੍ਰਾਈਮ ਹੈ ਮੇਰਾ ਖਿਆਲ ਹੈ, ਕਿਉਂਕਿ ਸਪਿਰਚੁਅਲਿਟੀ ਦੇ ਮਗਰੋਂ ਹੀ ਸਿੰਬਲਿਜ਼ਮ ਆਉਂਦਾ। ਰਾਈਟ, ਇਹ ਸਾਡੇ ਸਿੱਖ ਫਲਸਫੇ ਚ ਵੀ ਜੇ ਇਤਿਹਾਸ ਨੂੰ ਉਹ ਚੰਗੀ ਤਰ੍ਹਾਂ ਘੋਖਣ ਜੀ, ਤੇ ਮੇਰਾ ਜੇ ਤੁਸੀਂ ਸਿੰਬਲਿਜ਼ਮ ਰੱਖ ਕੇ ਬਾਕੀ ਫਿਰ ਠੱਗੀਆਂ ਕਰੀ ਜਾਓ, ਫਿਰ ਤਾਂ ਤੁਸੀਂ ਉਹ ਸਗੋਂ ਡਿਸਸਰਵਿਸ ਕਰਦੇ ਹੋ। ਮਤਲਬ ਇਹ ਚੀਜ਼ਾਂ ਸਮਝ ਲੈਣੀਆਂ ਚਾਹੀਦੀਆਂ ਨੇ। ਇੱਕ ਬਾਈ ਚਾਂਸ ਹੀ ਮੈਂ ਅੱਜ ਇਹ ਤਾਂ ਅੱਜ ਦਾ ਮੁੱਦਾ ਤਾਂ ਮੈਂ ਬਾਈ ਚਾਂਸ ਔਨ ਕਰ ਲਿਆ ਤਾਂ, ਮੈਂ ਜੋ ਦਲਬੀਰ ਸਿੰਘ ਉਹਨਾਂ ਦੀ ਪੜ੍ਹ ਰਿਹਾ ਸੀ, ਪੱਤਰਕਾਰ ਦਲਬੀਰ ਸਿੰਘ ਜਿਨ੍ਹਾਂ ਨੂੰ ਤੁਸੀਂ ਕਈ ਵਾਰ ਲਿਆਂਦਾ, ਉਹਨਾਂ ਨੇ ਮੈਨਸ਼ਨ ਕੀਤਾ ਮਨਜੀਤ ਸਿੰਘ ਜੀਕੇ ਦਾ ਬਾਈ ਚਾਂਸ। ਉਹ ਕਹਿੰਦੇ ਇਹ ਲੜਕਾ ਜਦੋਂ ਅਖੇ ਉੱਥੇ ਗਿਆ ਅੰਮ੍ਰਿਤਸਰ ਜੇਤਲੀ ਸਾਹਿਬ ਦਾ ਕਨਵੈਸਿੰਗ ਕਰਨ, ਕਹਿੰਦੇ ਮੈਂ ਇਹਨੂੰ ਕਿਹਾ ਵੀ ਭਲਿਆ ਤੇਰੇ ਫਾਦਰ ਤਾਂ ਸੰਤਾਂ ਦੀ ਜੀਪ ਦੇ ਬੋਨਟ ਤੇ ਬੈਠੇ ਫਿਰਦੇ ਹੁੰਦੇ ਸੀ ਤੇ ਤੂੰ ਇੱਧਰ ਹੋਰ ਪਾਸੇ ਤੁਰਿਆ ਫਿਰਦੇ। ਮਤਲਬ ਉਹ, ਪਰ ਚਲੋ ਇੱਕ ਅਲੱਗ ਗੱਲ ਹੈ। ਮਿਹਰਬਾਨੀ ਮਿਹਰਬਾਨੀ ਭਾਜੀ, ਮਿਹਰਬਾਨੀ। ਹੈਲੋ, ਸਤਿ ਸ਼੍ਰੀ ਅਕਾਲ ਯਾਰ ਸਾਹਿਬ। ਚਲੋ ਸਾਹਿਬ, ਸਤਿ ਸ਼੍ਰੀ ਅਕਾਲ। ਦੇਖੋ ਜੀ, ਉਹ ਸਿਰਸਾ ਸਾਹਿਬ ਦਾ ਅੱਜ ਆਪਾਂ ਸਾਰਿਆਂ ਨੂੰ ਕਿੰਨੇ ਲੱਖ ਸਿੱਖਾਂ ਨੂੰ ਸਿੱਖੀ ਤੋਂ ਖਾਰਜ ਕਰ ਗਿਆ। ਤੇ ਦੂਜੀ ਗੱਲ ਇਹ ਆ ਵੀ ਇੱਕੋ ਸਵਾਲ ਇਹਨਾਂ ਨੂੰ ਸੁਣਦੇ ਹੀ ਹੋਣਗੇ ਸ਼ਾਇਦ, ਤੁਸੀਂ ਤੁਸੀਂ ਕਿੰਨੇ ਪੱਕੇ ਸਿੱਖ ਆ, ਤੁਹਾਡੀ ਆਪਣੀ ਇਲੈਕਸ਼ਨ ਚ ਤੁਹਾਡੇ ਇਲਜ਼ਾਮ ਲੱਗਦੇ ਵੀ ਤੁਸੀਂ ਡਰੱਗ ਸਪਲਾਈ ਕੀਤੀ ਆ, ਉਹ ਵੀ ਸਿੱਖਾਂ ਦਾ ਕੰਮ ਨਹੀਂ ਨਾ। ਬਸ ਇਹੋ। ਮਿਹਰਬਾਨੀ ਮਿਹਰਬਾਨੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਜ ਦਾ ਮੁੱਦਾ ਤੁਹਾਡਾ ਬਹੁਤ ਸੋਹਣਾ ਵਾ ਵੀ ਸਰਸਾ ਸਾਹਿਬ ਨੇ ਵੀ ਆਪਣਾ ਜੋਸ਼ ਦਿਖਾਇਆ ਜੀ, ਜੀ ਪੰਨੂ ਸਾਹਿਬ ਨੇ ਦਿਖਾਇਆ, ਪਰ ਹੁਣ ਤੁਸੀਂ ਕਿਰਪਾ ਕਰਕੇ ਕੋਈ ਇੱਕ ਅੱਧਾ ਦਾ ਮੁੱਦਾ ਲੈ ਕੇ ਆਓ ਵੀ ਪੰਥ ਇਕੱਠਾ ਕਿੱਦਾਂ ਹੋ ਸਕਦਾ। ਮੈਂ ਤਾਂ ਅਕਸਰ ਇਹ ਗੱਲ ਕਰਦਾ ਕਿ ਕੌਮੀ ਮੁੱਦੇ ਤੇ ਇਕੱਠਾ ਹੋ ਜਾਵੇ ਪੰਥ। ਅੱਜ ਅੱਜ ਪੰਜਾਬ ਵਿੱਚ ਇਹਨਾਂ ਨੇ ਪੰਥ ਨੂੰ ਬਣਾ ਦਿੱਤਾ ਸਾਰਾ ਹਿੰਦੂ, ਤਾਂ ਉਹ ਜਿਹੜੀ ਬਾਦਲ ਸਾਹਿਬ ਦੀ ਪਾਲਿਸੀ ਆ, ਅੱਧਾ ਪੰਥ ਉਦਾਂ ਦਾ ਅੱਧਾ ਉਦਾਂ ਦਾ। ਨਹੀਂ ਹੁਣ ਮੈਨੂੰ ਲੱਗਦਾ ਹੁੰਦਾ ਕਿ ਅੱਗੇ ਤਾਂ ਹੁੰਦਾ ਵੀ ਦਾਣਿਆਂ ਦਾ ਬੋਲ ਜਿਹੜਾ ਉਹ ਅਸੀਂ ਬੁੱਕਾਂ ਨਾਲ ਵੀ ਇਕੱਠਾ ਕਰਦੇ ਰਹੇ ਹਾਂ, ਪਰ ਹੁਣ ਤੇ ਇਹ ਸਰੋਂ ਛੇਤੀ ਸਰੋਂ ਦੇ ਦਾਣੇ ਹੁੰਦੇ ਉਦਾਂ ਦਾ ਬੋਲ ਬਣ ਗਿਆ ਜਿਹੜਾ ਪੋਟਿਆਂ ਨਾਲ ਵੀ ਇਕੱਠਾ ਹੋਣਾ ਜਿਹੜਾ ਉਹ ਬਹੁਤ ਮੁਸ਼ਕਲ ਲੱਗਣ ਡਿਆ ਜੀ। ਹੁਣ ਇਹ ਤੁਸੀਂ ਕਾਟੋ ਖਲੇਸ ਤੋਂ ਭੱਜੋ ਨਾ, ਤੇ ਬੀਬੀ ਨੇ ਠੀਕ ਆਖਿਆ, ਹੁਣ ਇਹਨੂੰ ਠੀਕ ਕਰਨ ਵਾਸਤੇ ਵੀ ਤੁਸੀਂ ਕੋਸ਼ਿਸ਼ ਕਰੋ। ਅਸੀਂ ਹਰ ਵੇਲੇ ਕੋਸ਼ਿਸ਼ 'ਚ ਆ, ਹਰ ਵੇਲੇ ਕੋਸ਼ਿਸ਼ 'ਚ ਆ। ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਭਾਈ ਦੇਖੋ ਜੀ, ਜਿਹੜਾ ਜੋ ਵੀ ਕੰਮ ਸਿੱਖ ਜਸ ਨੇ ਕੀਤਾ ਤਾਂ ਕੀਤਾ ਤਾਂ ਬਹੁਤ ਵਧੀਆ, ਸਿੱਖ ਕੌਮ ਨੇ ਕੀਤਾ ਹੈ, ਨਾ ਕਿ ਇਹ ਪੰਨੂ ਨੇ ਕੀਤਾ ਹੈ। ਪੰਨੂ ਦਾ ਇੱਕ ਲੀਗਲ ਐਡਵਾਈਜ਼ਰ ਆ ਜੀ, ਜੀ ਠੀਕ ਹੈ ਜੀ ਨਾ, ਤੇ ਇਹਨਾਂ ਨੇ ਜਿਹੜਾ ਕਾਂਡ ਕੀਤਾ ਹੈ ਪੰਜਾਬ ਦੇ ਵਿੱਚ, ਉਹਨਾਂ ਦਾ ਕੌਣ ਜ਼ਿੰਮੇਵਾਰ ਆ? ਇਹ ਵੀ ਪੁੱਛੋ ਨਾ ਸਰ ਤੇ ਉਹਨਾਂ ਨੂੰ ਜੀ, ਜੀ ਮੁੜ ਕੇ ਕਹਿਣ ਲੱਗੇ ਉਹ ਪੰਨੂ ਪੰਜਾਬ ਸਰਕਾਰਾਂ ਦੇ ਵਿੱਚ ਨਹੀਂ, ਉਹਦਾ ਇੱਕ ਲੀਗਲ, ਉਹ ਲੀਗਲ ਐਡਵਾਈਜ਼ਰ ਵਾ। ਲੀਗਲ ਐਡਵਾਈਜ਼ਰ ਕੋਈ ਵੀ ਹੋ ਸਕਦਾ ਆ। ਰਾਈਟ 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 ਰਾਈਟ, ਠੀਕ ਹੈ ਨਾ ਜੀ। ਵਾਹਿਗੁਰੂ ਖਾਲਸਾ, ਵਾਹਿ ਫਤਿਹ ਜੀ। ਤੁਹਾਡੀ ਆਵਾਜ਼ ਬੜੀ ਮੱਧਮ ਆ ਰਹੀ, ਥੋੜੀ ਜਿਹੀ ਉੱਚੀ ਬੋਲੋ ਸਰਦਾਰ ਸਾਹਿਬ। ਹਾਂ ਜੀ, ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਮੇਰੇ ਕੋਲ ਟਾਈਮ ਬੜਾ ਘੱਟ ਹੈ, ਤੁਸੀਂ ਕਹੋ ਕੀ ਗੱਲ ਕਹਿਣੀ ਹੈ? ਮੈਂ ਕਹਿਣਾ ਚਾਹੁੰਦਾ ਹੈ ਵੀ ਸਰਦਾਰ ਸਾਹਿਬ ਨੇ ਕਿਹਾ ਸੀ ਵੀ ਕੀ ਕੁਰਬਾਨੀ ਹੈ ਇੱਥੇ ਵੇਖਿਆ ਜੀ। ਮੇਰਾ ਨਾਮ ਨਰਿੰਦਰ ਸਿੰਘ, 16 ਮਾਰਚ 1986 ਮੇਰਾ ਭਰਾ ਸ਼ਹੀਦ ਹੋਇਆ ਸੱਤ ਕਰਤਾਰੀਆਂ ਗੁਰਦੁਆਰੇ ਬਟਾਲੇ ਜੀ। ਸਾਰਾ ਬਟਾਲਾ ਬੰਦ, ਸ਼ਿਵ ਸੈਨਾ ਨੇ CRP ਨੇ ਮਾਰਿਆ, ਅਸੀਂ ਬੰਦੇ ਫੜਾਏ, ਬੰਦਿਆਂ ਨੂੰ 2 ਮਹੀਨੇ ਬਾਅਦ ਬਿਨਾਂ ਕਿਸੇ ਕੇਸ ਤੋਂ ਛੱਡ ਦਿੱਤਾ ਗਿਆ। ਬਾਦਲ ਸਾਹਿਬ ਉੱਥੇ ਗਏ, ਭੋਂਗ ਪਿਆ, ਬਾਦਲ ਸਾਹਿਬ ਨੇ ਕਿਹਾ ਸ਼ੈਣੀ ਇੱਥੇ ਲੱਗਾ ਸੀ ਬਟਾਲੇ, ਸ਼ੈਣੀ ਨੂੰ ਤੇ ਆਲਮ ਨੂੰ, ਮੈਨੂੰ ਪਾਵਰ ਦਿਓ, ਇਹਨਾਂ ਨੂੰ ਘਗਰੀਆਂ ਪਾ ਕੇ ਨਚਾਵਾਂਗਾ। ਅੱਜ ਇਹ ਘਗਰੀਆਂ ਵੇਖ ਲਓ, ਮੈਂ ਤੁਹਾਨੂੰ, ਤੁਸੀਂ ਮੈਨੂੰ ਜਾਣਦੇ ਹੋ ਕਿ ਬੜੀ ਚੰਗੀ ਤਰ੍ਹਾਂ, ਮੈਂ ਹੁਣ ਮੁੱਦਿਆਂ ਤੇ ਵੀ ਆਊਂਗਾ, ਮੈਂ ਦੂਜੇ ਚੈਨਲ ਵੀ ਆ ਗਏ ਆਪਣੇ ਉਹਨਾਂ ਤੇ ਵੀ ਆਊਂਗਾ, ਮੈਂ ਆਪਣੇ ਘਰ ਦੀ ਗੱਲ, ਆਪਣੇ ਪਿੰਡ ਦੀ ਗੱਲ, ਆਪਣੇ ਜ਼ਿਲ੍ਹੇ ਦੀ ਗੱਲ, ਪੂਰੇ ਪੰਜਾਬ ਦੀ, ਪੂਰੇ ਹਿੰਦੁਸਤਾਨ ਦੀ, ਪੂਰੀ ਦੁਨੀਆਂ ਦੀ ਤੁਹਾਨੂੰ ਦੱਸ ਕੇ ਇਹਨਾਂ ਦੀਆਂ ਕਸੂਤਾਂ ਵੀ ਦੱਸੂਗਾ। ਮਿਹਰਬਾਨੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੈਲੋ, ਹਾਂਜੀ ਰਾਜ ਸਾਹਿਬ, ਮੈਂ ਗੱਲ ਕਰਨਾ ਚਾਹੁੰਦਾ ਸੀ ਕਿ ਜੀ, ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਜੀ ਆਇਆਂ ਨੂੰ ਜੀ, ਜੀ ਸਤਿ ਸ਼੍ਰੀ ਅਕਾਲ ਜੀ।
ਪੰਨੂ ਸਾਹਿਬ ਮੈਂ ਮੁੱਦਾ ਦੇਖਿਆ ਸੀਗਾ ਤੁਹਾਡੇ ਉੱਪਰ ਜਿਵੇਂ ਤੁਸੀਂ ਅੱਜ ਦਾ ਮੁੱਦਾ ਤੇ ਲੈ ਕੇ ਆਏ ਸੀ ਅੱਜ ਅਨਫੋਰਸਲੀ ਮੈਂ ਪਹਿਲਾ ਸ਼ੋਅ ਨਹੀਂ ਦੇਖ ਸਕਿਆ ਪਰ ਗੱਲਬਾਤ ਤੋਂ ਇਹ ਲੱਗ ਰਿਹਾ ਹੈਗਾ ਕਿ ਅਜੋਕੀ ਜੰਗ ਚੱਲ ਰਹੀ ਹੈ। ਦੇਖੋ ਇਹ ਗੱਲ ਹੈਗੀ ਕਿ ਜਿਹੜੀ ਐਨਰਜੀ ਹੈਗੀ ਦੋਨੇ ਪਾਸੇ ਭਾਵੇਂ ਉਹ ਪੰਨੂ ਸਾਹਿਬ ਦੀ ਭਾਵੇਂ ਸਿਰਸਾ ਸਾਹਿਬ ਦੀ ਹੈਗੀ ਭਾਵੇਂ ਕਿਸੇ ਵੀ ਹੋਰ ਸਾਹਿਬ ਦੀ ਹੈਗੀ ਜੀ ਐਂਡ ਆਫ ਦੇ ਐਨਰਜੀ ਮੇ ਬੀ ਦੇ ਆਰ ਰੀਅਲੀ ਟ੍ਰਾਇੰਗ ਟੂ ਡੂ ਸਮਥਿੰਗ ਫਾਰ ਸਿੱਖ ਕਮਿਊਨਿਟੀ ਰਾਈਟ ਰਾਈਟ ਬਟ ਹੁਣ ਜਿਹੜੀ ਰਿਸਪੋਂਸਿਬਿਲਿਟੀ ਉਹ ਸਿੱਖ ਕਮਿਊਨਿਟੀ ਦੀ ਹੈਗੀ ਆ ਕਿ ਵਟ ਦੇ ਫੀਲ ਅਬਾਊਟ 2020 ਰੈਫਰੈਂਡਮ ਜੀ ਹਾਊ ਦੇ ਸੀ ਮਿਸਟਰ ਪੰਨੂ ਹਾਊ ਦੇ ਸੀ ਮਿਸਟਰ ਬਾਦਲ ਹਾਊ ਦੇ ਸੀ ਐਵਰੀਬਡੀ ਐਲਸ ਰਾਈਟ the community need to educate themselves maybe 100% bahut bahut vaddi gall hai bahut vaddi gall hai theek hai na te pehla jehdi si qoum to galtiyan eh hoyi hain ki apa anewar ke si ek leader de magar lag gaye right adde udhar lag gaye adde udhar lag gaye I think what Sikh community need to do is educate itself ki okay what is best for our community and then they follow the leader but main appreciate karda jo bhi kam pannu sahab kar rahe hain ja jo bhi koi tusi bhi bahut kam kar rahe ho ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਵਕਤ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਪ੍ਰੋਗਰਾਮ ਨੂੰ ਹੋਰ ਅੱਗੇ ਲੈ ਕੇ ਜਾਵਾਂ ਬਹੁਤ ਸੂਝਵਾਨ ਵਿਚਾਰਾਂ ਜਿਹੜੀਆਂ ਨੇ ਉਹ ਉੱਭਰ ਕੇ ਸਾਹਮਣੇ ਆਈਆਂ ਮੈਂ ਸਮਝਾਂਗਾ ਕਿ ਇੱਕ ਬਹੁਤ ਵੱਡੀ ਇੱਕ ਜਿਹੜੀ ਲੋਕਾਂ ਦੇ ਥੱਲੇ ਕੀ ਹੈ ਕੀ ਹੈ ਕੀ ਹੈ ਕਿ ਇਸ ਪਰਦੇ ਥੱਲੇ ਕੀ ਸੀ ਇੱਥੇ ਕੀ ਹੋਇਆ ਇੱਥੇ ਕੀ ਨਹੀਂ ਹੋਇਆ ਅੱਜ ਅਦਾਰਾ ਜਸ ਪੰਜਾਬੀ ਵੱਲੋਂ ਇੱਕ ਵਿਸ਼ੇਸ਼ ਉਪਰਾਲੇ ਦੇ ਤਹਿਤ ਇਸ ਸਾਰੀ ਹਕੀਕਤ ਤੋਂ ਪਰਦਾ ਚੱਕਿਆ ਗਿਆ ਸੋ ਮੇਰੇ ਕੋਲੋਂ ਇਸ ਪ੍ਰੋਗਰਾਮ ਦੇ ਚੱਲਦਿਆਂ ਇਸ ਪ੍ਰੋਗਰਾਮ ਨੂੰ ਇੱਕ ਸੰਜੀਦਗੀ ਨਾਲ ਨਿਭਾਉਣ ਦੇ ਵਿੱਚ ਜੇਕਰ ਕਿਧਰੇ ਤੁਹਾਨੂੰ ਵੀ ਲੱਗੇ ਕਿ ਮੇਰਾ ਬੈਲੈਂਸ ਆਊਟ ਹੈ ਮਾੜਾ ਮੋਟਾ ਵੀ ਜਾਂ ਮੈਂ ਕਿਤੇ ਇੱਕ ਪੱਖਪਾਤ ਦੀ ਗੱਲ ਮੈਂ ਕਦੇ ਵੀ ਇਹ ਸਮਝਾਂਗਾ ਕਿ ਮੈਂ ਕਦੇ ਵੀ ਕੀਤੀ ਨਹੀਂ ਹੋਵੇ ਤਾਂ ਗੁਸਤਾਖੀ ਤਾਂ ਜਾ ਚੁੱਕਾ ਹੈ ਇਜਾਜ਼ਤ ਦਿਓ ਕੱਲ੍ਹ ਫਿਰ ਨਵੇਂ ਵਿਸ਼ਿਆਂ 'ਤੇ ਚਰਚਾ ਹੋਏਗੀ ਜਿਹਨਾਂ ਭੈਣ ਭਰਾਵਾਂ ਦੀਆਂ ਕਾਲਸ ਨਹੀਂ ਲੈ ਸਕਿਆ ਮੈਂ ਰਿਕੁਐਸਟ ਕਰਦਾ ਉਹਨਾਂ ਨੇ ਕਿ ਉਹ ਆਪਣੇ ਵਿਚਾਰ ਈਮੇਲ ਮੀ ਰਿਆੜ ਐਟ ਜਸਟ ਬ੍ਰੌਡਕਾਸਟਿੰਗ ਡਾਟ ਕਾਮ ਔਰ ਇਨਫੋ ਐਟ ਜਸਟ ਬ੍ਰੌਡਕਾਸਟਿੰਗ ਡਾਟ ਕਾਮ ਇਜਾਜ਼ਤ ਦਿਓ ਰੱਬ ਰਾਖਾ ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ